ਸਤਿਗੁਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਗਾ ਜੀ ਸੁਣ ਰਿਹਾ ਤੁਸੀਂ ਕੁਲਜੀਤ ਸਿੰਘ ਦੇ ਨਾਲ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਜਰੂਰ ਕਰਿਓ ਤੇ ਹਰ ਰੋਜ਼ ਇਮੀਗ੍ਰੇਸ਼ਨ ਦਾ ਅਪਡੇਟ ਚਾਹਦੇ ਸਾਡੀ ਵੈਬਸਾਈਟ ਹੈ ਜੀ www.ita-punjabi.com ita-punjabi.com www.ita-punjabi.com ਇਹਦੇ ਉੱਤੇ ਜਾ ਕੇ ਕਮੈਂਟ ਕਰੋ ਜਿਹਦੇ ਇਸ ਏਰੀਏ ਦੇ ਬਾਰੇ ਤੁਸੀਂ ਇਮੀਗ੍ਰੇਸ਼ਨ ਦਾ ਅਪਡੇਟ ਚਾਹੁੰਦੇ ਹੋ ਤੇ ਹਰ ਰੋਜ਼ ਇੱਕ ਵਾਰ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਿਆ ਕਰੋ ਜੇਕਰ ਤੁਸੀਂ ਸਾਨੂੰ ਸਪੋਰਟ ਕਰਨਾ ਚਾਹੁੰਦੇ ਹੋ ਜੀ ਇਟਲੀ ਦੇ ਵਿੱਚ ਅੱਜ ਆਏ ਨੇ 13902 ਕੇਸ 318 ਬੰਦਿਆਂ ਦੀ ਹੋਈ ਮੌਤ 13893 ਬੰਦੇ ਠੀਕ ਟੋਟਲ ਇਟਲੀ ਦੇ ਵਿੱਚ 472533 ਪੋਜ਼ੀਟਿਵ ਜਿਨ੍ਹਾਂ ਦੇ ਵਿੱਚੋਂ 2700 ਤੇਰਾ ਪੀ ਇੰਟੈਂਸੀਮਾ ਇੰਟੈਂਸਿਵਾ ਕ੍ਰਿਟੀਕਲ ਸਟੇਟਾਂ ਦੇ ਵਿੱਚ ਨੇ 21831 ਗੋਵਰ ਦੇ ਸਿੰਪਟਮ ਦੇ ਨਾਲ ਹਸਪੀਟਲ ਦੇ ਵਿੱਚ ਐਡਮਿਟ ਨੇ 448002 ਬੰਦਿਆਂ ਨੂੰ ਕਾਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਜੀ ਜੇਕਰ ਗੱਲ ਕਰੀਏ ਅਸੀਂ ਕੇਸ ਆਪਣੀ ਟੈਸਟਾਂ ਦੀ ਗੇਟਲੀ ਦੇ ਵਿੱਚ ਟੋਟਲ ਜਿਹੜੇ ਟੈਸਟ ਕਿੰਨੇ ਕੀਤੇ ਗਏ ਨੇ ਤੇ ਅੱਜ ਇਟਲੀ ਦੇ ਵਿੱਚ ਟੈਸਟ ਕੀਤਾ ਗਿਆ ਜੀ 184684 ਕੈਨ ਦਾ ਮਤਲਬ तकरीबन ਪੌਣੇ 2 ਲੱਖ ਅੱਜ ਟੈਸਟ ਕੀਤਾ ਗਿਆ ਕੱਲ ਕੀਤੇ ਗਏ ਸੀ 2 ਲੱਖ 70000 ਕੱਲ ਪੌਣੇ 3 ਲੱਖ ਸੀ ਅੱਜ ਜਿਹੜਾ ਤਾਸੋ ਦੀ ਪੋਜ਼ਿਟਿਵਿਟੀ 7.5% ਹਰ ਹਜ਼ਾਰ ਬੰਦੇ ਪਿੱਛੇ 75 ਬੰਦੇ ਪੋਜ਼ਿਟਿਵ ਨਿਕਲ ਰਹਾ ਤੇ ਇੱਕ ਹੋਰ ਗੱਲ ਹੈ ਕਿ ਇਟਲੀ ਦੇ ਨੇ ਜੇ ਦੇਖਿਆ ਜਾਵੇ ਇਟਲੀ ਦੇ ਵਿੱਚ ਕੋਵਿਡ ਪੇਸ਼ੈਂਟ ਜਿਹੜੇ ਕੋਵਿਡ ਮਰੀਜ਼ਾਂ ਮਰੀਜ਼ਾਂ ਦੀ ਜਿਨ੍ਹਾਂ ਦੀ ਮੌਤ ਉਹਨਾਂ ਦੀ ਗਿਣਤੀ 1 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਜੀ 1 ਲੱਖ 103 ਟੋਟਲ ਇਟਲੀ ਦੇ ਵਿੱਚ ਮਰੀਜ਼ ਹਨ ਜਿਨ੍ਹਾਂ ਦੀ ਮੌਤ ਇਸ ਮਹਾਮਾਰੀ ਇਸ ਬਿਮਾਰੀ ਦੇ ਨਾਲ ਹੋਈ ਹੈ ਗੱਲ ਜੇ ਵੈਕਸੀਨ ਦੀ ਕੀਤੀ ਜਾਵੇ ਤਾਂ ਇਟਲੀ ਦੇ ਵਿੱਚ 54,17,678 ਬੰਦਿਆਂ ਨੂੰ ਵੈਕਸੀਨ ਦਾ ਪਹਿਲਾ ਡੋਜ਼ 16,52,031 ਨੂੰ ਦੂਸਰਾ ਡੋਜ਼ ਲੱਗ ਚੁੱਕਾ ਹੈ ਤੇ ਜੇ ਗੱਲ ਅਸੀਂ ਕਰੀਏ ਸਭ ਤੋਂ ਵੱਧ ਜਿਹੜੀਆਂ ਸਟੇਟਾਂ ਜਿਨ੍ਹਾਂ ਚ ਕੇਸ ਆਏ ਆ ਇਮੀਲੀਆ ਰੋਮਾਨੀਆ ਦੇ ਵਿੱਚ 2987 ਲੁੰਬਰਜੀ ਦੇ ਵਿੱਚ 2301 ਕੰਪਾਨੀਆਂ ਦੇ ਵਿੱਚ 1644 ਪੀਮੋਂਤੇ ਦੇ ਵਿੱਚ 1214 ਅਤੇ ਲਾਸੀਓ ਦੇ ਵਿੱਚ 1175 ਟੋਟਲ ਕੇਸ ਰਜਿਸਟਰ ਹੋਏ ਨੇ ਵਾਦਿਆਂ ਜੀ ਅੱਜ ਦੀਆਂ ਖਾਸ ਖਬਰਾਂ ਵੱਲੋਂ ਇਟਲੀ ਦੇ ਵਿੱਚ ਜ਼ਰੂਰੀ ਮੀਟਿੰਗ ਬੁਲਾਈ ਗਈ ਹੈ ਅੱਜ ਮੀਟਿੰਗ ਜੋ ਚੱਲ ਰਹੀ ਹੈ ਤੇ ਵਿੱਚ ਰੋਬਰਟੋ ਸਪੇਰਾਂਸਾ ਦੀ ਨਾ ਰੋਬਰਟੋ ਸਪੇਰਾਂਸਾ ਇਟਲੀ ਦੇ ਸਿਹਤ ਮੰਤਰੀ ਦੇ ਨਾਲ ਸਿੱਖਿਆ ਮੰਤਰੀ ਹੋ ਗਏ ਫੈਮਿਲੀ ਮੰਤਰੀ ਹੋ ਗਏ ਇੱਕ ਤਰ੍ਹਾਂ ਤਰ੍ਹਾਂ ਦੇ ਜਿਹੜੇ ਅਹੁਦਿਆਂ ਦੇ ਮੰਤਰੀ ਸਾਰਿਆਂ ਨੂੰ ਇਕੱਠਾ ਕੀਤਾ ਗਿਆ ਤੇ ਕੌਮੀ ਤਦ ਤੋਂ ਤੇ ਗੀਨ ਕੁਐਸਚਨ تھی ਫੀਗੋਨੋ ਬਟਾਲ ਕੇ ਗੱਲਬਾਤ ਚੱਲ ਰਹੀ ਹੈ ਜੀ ਇਸੇ ਹਿਸਾਬ ਦੇ ਨਾਲ ਇਟਲੀ ਦੇ ਵਿੱਚ ਰੋਕਥਾਮ ਕੀਤੀ ਜਾ ਸਾਦੀ ਹੈ ਜੋ ਵਾਇਰਸ ਫੈਲ ਰਿਹਾ ਜੀ ਕਰਫਿਊ ਦਾ ਟਾਈਮ ਹੈ ਇਸ ਟਾਈਮ ਇੱਕ ਵਾਰ ਫਿਰ ਕਰਫਿਊ ਦੀ ਟਾਈਮ ਚੱਲੀ ਹੈ ਕਿਹਦਾ ਜਿਹੜਾ ਟਾਈਮ 10 ਵਜੇ ਦੀ ਜਗ੍ਹਾ 8 ਜਾਂ 7 ਵਜੇ ਕੀਤਾ ਜਾਣਾ ਚਾਹੀਦਾ ਦੁਕਾਨਾਂ ਬੰਦ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਜਿਨ੍ਹਾਂ ਏਰੀਆ ਦੇ ਵਿੱਚ 2.5 ਲੱਖ ਹਲਾਕ ਪਿੱਛੇ 250 ਕੇਸ ਵਧ ਰਹੇ ਲੱਖ ਬੰਦਿਆਂ ਦੇ ਪਿੱਛੇ ਤੇ ਉਹਨਾਂ ਸਟੇਟਾਂ ਦੇ ਵਿੱਚ ਰੈੱਡ ਜ਼ੋਨ ਵੀ ਲੱਗ ਸਕਦੇ ਨੇ ਜੀ ਇਸ ਟਾਈਮ ਫਿਲਹਾਲ ਉਹ ਜੋ ਇਹਨਾਂ ਦੀ ਮੀਟਿੰਗ ਅਰਜੈਂਟ ਹੋ ਰਹੀ ਆ ਉਦੇ ਬਾਰੇ ਕੁਝ ਵੀ ਅਪਡੇਟ ਨਹੀਂ ਆਇਆ ਜਿੱਦਾਂ ਕੋਈ ਅਪਡੇਟ ਸਾਡੇ ਕੋਲ ਆਂਦਾ ਤੁਹਾਨੂੰ ਇਹਦੇ ਬਾਰੇ ਵੀ ਅਸੀਂ ਜ਼ਰੂਰ ਦੱਸਦੇ ਹਾਂ ਜੀ ਅਗਲਾ ਜੋ ਅਪਡੇਟ ਆ ਰਿਹਾ ਜੀ ਇਹ ਅਪਡੇਟ ਪੁਤੇਨਸਾ ਤੋਂ ਆ ਰਿਹਾ ਜੀ ਜਿੱਥੇ ਇੱਕ ਬਿਰਧ ਆਸ਼ਰਮ ਦੇ ਵਿੱਚ ਹੋਲਡੇਜ ਆਸ਼ਰਮ ਦੇ 올ਡੇਜ ਹੋਮ ਦੇ ਵਿੱਚ 22 ਬੰਦਿਆਂ ਦੀ ਮੌਤ ਹੋਈ ਹੈ 22 ਜਿਹੜੇ ਆਸਪੀਤੀ ਉਹਨਾਂ ਦੀ ਮੌਤ ਹੋਈ ਹੈ ਤੇ ਉਹਨਾਂ ਦੇ ਜਿਹੜੇ ਇੰਚਾਰਜ ਸੀਤੀ ਤੋਂ ਲਾਰੀ ਸੀ ਉਹਨਾਂ ਦੇ ਸਿਰ ਕੇਸ਼ਵਰ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਉਹਨਾਂ ਦੇ ਸਿਰ ਕਤਲ ਦਾ ਇਲਜ਼ਾਮ ਲਾਇਆ ਗਿਆ ਕਿ ਕਿਉਂਕਿ ਉਹਨਾਂ ਨੇ ਅੰਦਰ ਜਿਹੜੀ ਆਪਣੀ ਮਹਾਮਾਰੀ ਦੇ ਲਈ ਜਿਹੜੇ ਧਾਰੇ ਹੋਣੇ ਚਾਹੀਦੇ ਸੀ ਉਹਨਾਂ ਦੀ ਪਾਲਣਾ ਨਹੀਂ ਕੀਤੀ ਜੋ ਕਾਨੂੰਨ ਫੋਲੋ ਕਰਨੇ ਚਾਹੀਦੇ ਸੀ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਉਹਨੂੰ ਨਹੀਂ ਰੱਖਿਆ ਸਰਦੀਨੀਆ ਤੋਂ ਨਵਾਂ ਅਪਡੇਟ ਆ ਰਿਹਾ ਜੀ ਸਰਦੀਨੀਆ ਦੇ ਵਿੱਚ ਸੋਲੀਨਾਸ ਜੀ ਦਾ ਕਹਿਣਾ ਕਹਿ ਰਹੇ ਨੇ ਕਿ ਜੋ ਅਸੀਂ ਕਰ ਰਹੇ ਹਾਂ ਸਾਡਾ ਗਰਮੀਆਂ ਦੇ ਮਹੀਨਿਆਂ ਦੇ ਵਿੱਚ ਜਿਹੜਾ ਚੱਲਣਾ ਸੀ ਗਰਮੀਆਂ ਦੇ ਵਿੱਚ ਜਾਣਾ ਉਹਦੇ ਲਈ ਇੱਕ ਟੈਸਟ ਉਹ ਜੇਕਰ ਇਹ ਕਾਮਯਾਬ ਹੁੰਦਾ ਤਾਂ ਗਰਮੀਆਂ ਦੇ ਵਿੱਚ ਵੀ ਜਿਸ ਟਾਈਮ ਮੌਸਮ ਵਾਂਗ ਲੋਕਾਂ ਦਾ ਘੁੰਮਣ ਫਿਰਨ ਦਾ ਉਸ ਵੇਲੇ ਵੀ ਅਸੀਂ ਇਸ ਹਿਸਾਬ ਦੇ ਨਾਲ ਹੀ ਰਹਿਣਾ ਕਿ ਲੋਕੀ ਆ ਜਿਹੜੇ ਟੈਸਟ ਕਰਨਗੇ ਕੋਵਿਡ ਨੈਗੇਟਿਵ ਹੋਣਗੇ ਤਾਂ ਹੀ ਉਹਨਾਂ ਨੂੰ ਐਂਟਰ ਹੋਣ ਦਿੱਤਾ ਜਾਇਆ ਕਰੂਗਾ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਅਪਡੇਟ ਆਇਆ ਜੀ ਇਹ ਆਇਆ ਜੀ ਟ੍ਰੇਨਾਂ ਦੇ ਵਿੱਚ ਕੋਵਿਡ ਫ੍ਰੀ ਟ੍ਰੇਨ ਇਟਲੀ ਦੇ ਵਿੱਚ ਚੱਲਣ ਜਾ ਰਹੀ ਹੈ ਪਹਿਲੀ ਜਿਹੜੀ ਚੱਲਣੀ ਆ ਅਪ੍ਰੈਲ ਤੋਂ ਚੱਲਣੀ ਆ ਮਿਲਾਨ ਤੇ ਰੋਮਾ ਦੀ ਟ੍ਰੇਨ ਹੋਊਗੀ ਮਿਲਾਨ ਤੋਂ ਰੋਮਾ ਦਾ ਜਿਹੜਾ ਇਤਰਾਤਾਏ ਤੇ ਚੱਲਣੀ ਆ ਤੇ ਇਹ ਕਿਸੇ ਹਿਸਾਬ ਨਾਲ ਕੋਵਿਡ ਫ੍ਰੀ ਹੈ ਜੀ ਕੋਵਿਡ ਫ੍ਰੀ ਇਸ ਤਰ੍ਹਾਂ ਹੈ ਜੀ ਕਿਉਂਕਿ ਜਦੋਂ ਕਿਸੇ ਵੀ ਬੰਦੇ ਨੇ ਇਹਨੂੰ ਬਹੁਤ ਸਾਰੀਆਂ ਨੂੰ ਸਾਵਧਾਨੀਆਂ ਵਰਤਣ ਦੀ ਲੋੜ ਆ ਬੰਦੇ ਨੂੰ ਜਿਨ੍ਹਾਂ ਨੇ ਸਫਰ ਕਰਨਾ ਉਹਨਾਂ ਨੂੰ ਘੱਟ ਤੋਂ ਘੱਟ 1 ਘੰਟਾ ਪਹਿਲਾਂ ਸਟੇਸ਼ਨ ਤੇ ਪਹੁੰਚਣ ਦੀ ਲੋੜ ਆ ਜਿਨ੍ਹਾਂ ਦੀ 4 ਵਜੇ ਚਲਣੀ ਹੈ ਤਾਂ 3 ਵਜੇ ਪਹੁੰਚਣਾ ਤੇ ਫਿਰ ਹਰ ਉਸ ਬੰਦੇ ਦਾ ਜਿਨੇ ਵੀ ਸਫਰ ਕਰਨਾ ਉਹਨਾਂ ਦਾ ਟੰਪੋਨੇ ਕੀਤਾ ਜਾਊਗਾ ਟੈਸਟ ਕੀਤਾ ਜਾਊਗਾ ਜੇਕਰ ਬੰਦਾ ਨੈਗੇਟਿਵ ਆ ਤਾਂ ਟ੍ਰੇਨ ਦੇ ਵਿੱਚ ਚੜਨ ਜੇ ਪੋਜ਼ਿਟਿਵ ਆਦਾ ਉੱਥੇ ਹੀ ਚੱਕ ਕੇ ਹਸਪੀਟਲ ਜਾਂ ਫਿਰ ਘਰ ਦੇ ਵਿੱਚ ਕੁਆਰੰਟਾਈਨ ਕਰ ਦਿੱਤਾ ਜਾਇਆ ਕਰਨਾ ਇਹਦੇ ਨਾਲ ਇਟਲੀ ਦੇ ਵਿੱਚ ਸ਼ੁਰੂਆਤ ਹੋਣ ਜਾ ਰਹੀ ਹੈ ਜੀ ਕੋਵਿਡ ਫਰੀ ਟ੍ਰੇਨਾਂ ਦੀ ਇਹ ਪਹਿਲੀ ਨਾਂ ਕਿ ਇਹ ਪਹਿਲੀ ਆ ਤੇ ਨਾ ਹੀ ਇਹ ਲਾਸਟ ਟ੍ਰੇਨ ਹੋਗੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਟ੍ਰੇਨ ਤ੍ਰੇਨੀ ਇਟਾਲੀਆ ਵਾਲਿਆਂ ਵੱਲੋਂ ਕੀਤੀ ਗਈ ਆ ਆਨਲਾਈਨ ਇਹਦੀਆਂ ਜੜੀਆਂ ਟਿਕਟਾਂ ਵੀ ਵਿਕਣੀਆਂ ਸ਼ੁਰੂ ਹੋ ਜਾਣੀਆਂ ਬਾਅਦ ਵਿੱਚ ਹੌਲੀ-ਹੌਲੀ ਸਾਰੇ ਪਾਸੇ ਹੀ ਜਿਹੜੀਆਂ ਟ੍ਰੇਨਾਂ ਦਾ ਹਿਸਾਬ-ਤਾਬ ਇਸ ਤਰ੍ਹਾਂ ਦਾ ਹੀ ਲੱਗਣਾ ਕਿ ਟ੍ਰੇਨ ਦੇ ਵਿੱਚ ਚੜ੍ਹਨ ਤੋਂ ਪਹਿਲਾਂ ਟੈਸਟ ਕਰਾਇਆ ਹੋਣਾ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਜਦੋਂ ਟੈਸਟਾਂ ਵਾਲੀ ਗੱਲ ਥੋੜੀ ਫਿੱਕੀ ਪੈ ਗਈ ਤਾਂ ਫਿਰ ਜਦੋਂ ਸਾਰਿਆਂ ਲੋਕਾਂ ਦੇ ਵੈਕਸੀਨ ਲੱਗ ਗਈ ਤਾਂ ਇਹ ਵੀ ਹੋ ਸਕਦਾ ਕਿ ਬੱਸਾਂ ਜਾਂ ਫਿਰ ਟ੍ਰੇਨਾਂ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਤੁਹਾਡੇ ਕੋਲ ਮੰਗਿਆ ਜਾ ਸਕਦਾ ਕਿ ਵੈਕਸੀਨ ਦਾ ਕਾਰਡ ਤੁਹਾਡੇ ਕੋਲ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਹਿਣ ਦਾ ਮਤਲਬ ਕਿ ਤੁਹਾਡੇ ਵੈਕਸੀਨ ਲੱਗੀ ਹੋਈ ਹੈ ਇਸ ਕਰਕੇ ਤੁਸੀਂ ਥੋੜੇ ਸੇਫ ਹੋ ਬਾਕੀ ਬੰਦਿਆਂ ਦੇ ਨਾਲੋ ਤੇ ਲਾਟਸਿਓ ਆਪਣਾ ਇਹ ਵੀ ਕਰਨ ਜਾ ਰਿਹਾ ਜੀ ਇਹ ਵੀ ਇਹ ਜਿਹੜਾ ਕਾਰਡ ਵਾ ਇਹ ਵੀ ਬਹੁਤ ਹੀ ਛੇਤੀ ਲਾਗੂ ਕਰਨ ਜਾ ਰਿਹਾ ਕਿ ਸਾਰੇ ਬੰਦਿਆਂ ਦੇ ਜਿਨ੍ਹਾਂ ਦੇ ਵੈਕਸੀਨ ਲੱਗੇ ਉਹਨਾਂ ਨੂੰ ਸਾਰਿਆਂ ਨੂੰ ਇਹ ਦਿੱਤਾ ਜਾਵੇ ਮੋਦਨਾ ਦੇ ਵਿੱਚ ਅਗਲਾ ਅਪਡੇਟ ਸਾਡਾ ਮੋਦਨਾ ਤੋਂ ਆ ਰਿਹਾ ਜੀ ਮੋਦਨਾ ਦੇ ਵਿੱਚ ਤਕਰੀਬਨ ਬੰਦਿਆਂ ਨੂੰ 4 ਤੋਂ 11-11 ਮਹੀਨੇ ਹੋ ਗਏ ਸਜੋਰ ਨੂੰ ਉਹਨਾਂ ਨੂੰ ਉਡੀਕਦੇ ਹਨ ਉਹਨਾਂ ਦੀ ਸਜੋਰ ਨੂੰ ਜਿਹੜੀਆਂ ਅੰਦਰ ਹੀ ਪਈਆਂ ਖਤਮ ਹੋ ਰਹੀਆਂ ਅੰਦਰ ਹੀ ਉਹਨਾਂ ਦੀ ਨਿਊ ਡੇਟ ਨਹੀਂ ਆ ਰਹੀ ਜੇਕਰ ਤੁਸੀਂ ਵੀ ਕਿਸੇ ਇਦਾਂ ਦੇ ਏਰੀਆ ਦੇ ਵਿੱਚ ਰਹਿੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੀ ਜਿਹੜੀ ਸਜੂਰਨੋ ਆ ਤੁਹਾਡੇ ਏਰੀਆ ਦੇ ਵਿੱਚ ਘੱਟ ਤੋਂ ਘੱਟ ਕਿੰਨਾ ਟਾਈਮ ਲੱਗਦਾ ਜਿੱਦਾਂ ਕਰਮੋਨੇ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕਰਮੋਨਾ ਦੇ ਵਿੱਚ ਹੁਣ 6 ਤੋਂ 6 ਮਹੀਨੇ ਤੋਂ ਲੈ ਕੇ ਸਾਲ ਤੱਕ ਵੀ ਲੱਗ ਰਿਹਾ ਜੀ ਜਿਸ ਟਾਈਮ ਤੁਸੀਂ ਆਪਣੀ ਸਜੂਰਨੋ ਨੂੰ ਜਮ੍ਹਾਂ ਕਰਾਦੇ ਹੋ ਉਸ ਤੋਂ ਬਾਅਦ ਜਿਸ ਟਾਈਮ ਤੁਹਾਨੂੰ ਮਿਲਦੀ ਹੈ ਤੇ ਜੇਕਰ ਤੁਹਾਡੀ ਸਜੂਰਨੋ ਸਾਲ ਵਾਲੀ ਹੋਵੇ ਤਾਂ ਕਈ ਵਾਰ ਇਦਾਂ ਵੀ ਹੋ ਸਕਦਾ ਕਿ ਤੁਸੀਂ ਅੱਜ ਜਮ੍ਹਾਂ ਕਰਾਈ ਆ ਅੱਜ ਜੇ ਤੁਸੀਂ ਲੈ ਕੇ ਆਇਆ ਤਾਂ ਉਸ ਤੋਂ ਦੁਹੇ ਤੀਏ ਦਿਨ ਹੀ ਤੁਸੀਂ ਸ਼ੁਰੂਆਤ ਕਰਨ ਲੱਪੋ ਕਿ ਇਹਨੂੰ ਦੁਬਾਰਾ ਜਮ੍ਹਾਂ ਕਰਾ ਲਈ ਕਿਉਂਕਿ ਮਹੀਨਾ ਚ ਹਫ਼ਤਾ ਹੁੰਦਾ ਤੁਹਾਡੇ ਕੋਲ ਜਿਹੜੀ ਤੁਹਾਡੀ ਸਜੋਨ ਵੈਲਿਡ ਦਾ ਗੱਲ ਕਰਦੇ ਆਂ ਜੀ ਮਾਰਕੀਟ ਦੀ ਅਗਲਾ ਜੋ ਅਪਡੇਟ ਮਾਰਕੀਟ ਦੁਬਾਰਾ ਜੀ ਮਾਰਕੀਟ ਦੇ ਵਿੱਚ ਜਿਹੜੀ ਗਿਣਤੀ ਹੈ ਇੱਕ ਵਾਰ ਫੇਰ ਵਧਦੀ ਦੇ ਵਧ ਰਹੀ ਹੈ ਜੀ ਗਿਣਤੀ ਤੇ ਜਿਸ ਕਾਰਨ ਜਿਹੜਾ ਪ੍ਰੋਵਿੰਸ ਚਾ ਫੇਰਮੋ ਤੇ ਪ੍ਰੋਵਿੰਸ ਚਾ ਪੀਜ਼ਰ ਹੋਆ ਇਸ ਜ਼ੋਨਾ ਰੋਸਾਵਲ ਚੱਲ ਰਹੇ ਨੇ ਨੇ ਬੁੱਧਵਾਰ ਤੋਂ ਲੈ ਕੇ ਹਾਂਜੀ ਮੰਗਲਵਾਰ ਰਾਤ 12 ਵਜੇ ਜਾਨੀ ਜਦੋਂ ਬੁੱਧਵਾਰ ਸਟਾਰਟ ਹੁੰਦਾ ਬੁੱਧਵਾਰ ਤੋਂ ਲੈ ਕੇ ਪੀ ਜ਼ਰੂਰ ਵੀਨੋ ਤੇ ਫਿਰ ਮੋ ਜਿਹੜਾ ਬੁੱਧਵਾਰ ਤੋਂ ਐਤਵਾਰ ਤੱਕ ਰੈੱਡ ਜ਼ੋਨ ਦੇ ਵਿੱਚ ਰਹਿਣਾ ਉੱਥੇ ਦੇ ਜਿਹੜੇ ਸਰਪੰਚ ਹੋ ਉਹਨਾਂ ਨੇ ਇਸ ਇਹ ਜਿਹੜਾ ਫਰਮਾਨ ਐਡ Ordinance ਪਾਸ ਕਰ ਦਿੱਤਾ ਜੀ ਤੇ ਇਟਲੀ ਦੇ ਵਿੱਚ ਇੱਕ ਬਹੁਤ ਵੱਡਾ ਅਪਡੇਟ ਆ ਰਿਹਾ ਇੱਕ ਗੁੱਡ ਨਿਊਜ਼ ਅਸੀਂ ਕਹਿ ਸਕਦੇ ਹਾਂ ਸਪੁਤਨਿਕ ਫਾਈਲ ਜਿਹੜੀ ਰਸ਼ੀਆ ਦੀ ਰਸ਼ੀਅਨ ਵੈਕਸੀਨਾ ਉਹ ਇਟਲੀ ਦੇ ਵਿੱਚ ਵੀ ਤਿਆਰ ਕੀਤੀ ਜਾ ਸਕਦੀ ਹੈ ਤੇ 1 ਸਾਲ ਦੇ ਵਿੱਚ ਥੋੜੀ ਬਹੁਤ ਨਹੀਂ 10 ਮਿਲੀਅਨ ਤੱਕ ਡੋਜ਼ਾਂ ਬਣਾ ਹੋ ਸਕਦੀਆਂ ਨੇ ਤੇ ਇਟਲੀ ਦੇ ਵਿੱਚ ਇਹ ਜੁਲਾਈ ਤੋਂ ਸਪੁਤਨਿਕ 5 ਨੂੰ ਬਣਾਉਣਾ ਸ਼ੁਰੂ ਕੀਤਾ ਜਾ ਸਕਦਾ ਹੈ ਇਸ ਟਾਈਮੇ ਵੀ ਮੰਨੀ ਜਾ ਰਹੀ ਹੈ ਕਿ ਬਹੁਤ ਹੀ ਫਾਇਦੇਮੰਦ ਵੈਕਸੀਨ ਹੈ ਜੀ ਇੰਗਲੈਂਡ ਦੇ ਵਿੱਚ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ ਜੀ ਇੰਗਲੈਂਡ ਚ 8 ਮਾਰਚ ਨੂੰ ਜਦੋਂ ਸਕੂਲਾਂ ਦੇ ਵਿੱਚ ਬੱਚੇ ਦੁਬਾਰਾ ਵਾਪਸ ਪੜ੍ਹਦੇ ਐ ਐਲੀਮੈਂਟਾਰੇ ਦੇ ਵਿੱਚ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਛੋਟੇ ਛੋਟੇ ਪੇਲੂਸ਼ ਹੈ ਜਿਨ੍ਹਾਂ ਨੂੰ ਅਸੀਂ ਟੈਡੀ ਵੀਅਰ ਆ ਟੈਡੀ ਵੀਅਰ ਉਹਨਾਂ ਨੂੰ ਕਲਾਸਾਂ ਦੇ ਵਿੱਚ ਪਾਏ ਮਿਲੇ ਜਿਨ੍ਹਾਂ ਦੇ ਉੱਤੇ ਹਰ ਇੱਕ ਬੱਚੇ ਸਟੂਡੈਂਟ ਦਾ ਨਾਮ ਲਿਖਿਆ ਹੈ ਜੋ ਕਿ ਦੱਸਿਆ ਕਿ ਘਰਦਿਆਂ ਨੂੰ ਜੇਨੀ ਟੋਰੀ ਨੂੰ ਤੇ ਜਿਹੜੇ ਉੱਥੇ ਦੇ ਇੰਸਾਂ ਜਾਣਦੀ ਸਾਰਿਆਂ ਨੂੰ ਤੇ ਬੱਚਿਆਂ ਨੂੰ ਇਹ ਜੋ ਸਰਕਾਰ ਦਾ ਆਈਡੀਆ ਬਹੁਤ ਹੀ ਪਸੰਦ ਆਇਆ ਜੀ ਇਟਲੀ ਦੇ ਵਿੱਚ ਇੱਕ ਇੱਕ ਮੈਡਮ ਸੀ ਇੱਕ ਟੀਚਰ ਸੀ ਜਿਹਦਾ ਨਾਮ ਅਨਾ ਮਰੀਆ ਮਿੰਤੀਲੇ ਸੀ ਜੋ ਨਾਪਲੀ ਦੇ ਵਿੱਚ ਰਹਿ ਰਹੀ ਸੀ ਜਿਨੇ 2 ਮਾਰਚ ਨੂੰ ਆਸਤਰਾ ਜ਼ੇਨਗਾ ਦੀ ਵੈਕਸੀਨ ਦਾ ਪਹਿਲਾ ਡੋਜ਼ ਲਵਾਇਆ ਤੇ ਡੋਜ਼ ਲਵਾਉਣ ਤੋਂ ਕੁਝ ਟਾਈਮ ਬਾਅਦ ਹੀ ਉਹਦੀ ਜਿਹੜੀ ਮੌਤ ਹੋ ਗਈ ਹੈ 2 ਘੰਟਿਆਂ ਬਾਅਦ ਉਹਦਾ ਜਿਹੜਾ ਦੱਸਿਆ ਗਿਆ ਜੋ ਜਾਣਕਾਰੀ ਮਿਲੀ ਉਹਦੀ ਜਿਹੜੀ ਸਰੀਰ ਉਹਦੇ ਅੰਦਰ ਅਚਾਨਕ ਹਲਚਲ ਮਹਿਸੂਸ ਹੋ ਰਹੀ ਸੀ ਉਹਦਾ ਸਰੀਰ ਕੰਬਣ ਲੱਗ ਗਿਆ ਸੀਗਾ ਤੇ ਤਿੰਨ ਦਿਨਾਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗਲਤੀ ਆਸਟਰਾਜਨਿਕਾ ਦੀ ਨਹੀਂ ਸਭ ਤੋਂ ਵੱਡੀ ਗਲਤੀ ਮੰਨੀ ਜਾ ਰਹੀ ਹੈ ਜੀ ਡਾਕਟਰਾਂ ਦੀ ਜਿਨ੍ਹਾਂ ਡਾਕਟਰਾਂ ਨੇ ਉਸ ਦੇ ਜਿਹੜੇ ਲੱਛਣ ਉਹਦੇ ਵਿੱਚ ਪੈਦਾ ਹੋਏ ਸੀ ਉਹਨਾਂ ਵੱਲ ਜਿਆਦਾ ਗੌਰ ਨਹੀਂ ਕੀਤਾ ਤੇ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਜਿਹੜਾ ਆਪਣਾ ਕਨਫਿਊਜ਼ਰ ਦਾ ਟ੍ਰਾਇਮਾ ਇਟਲੀ ਦੇ ਵਿੱਚ 7 ਜਾਂ 8 ਵਜੇ ਵੀ ਹੋ ਸਕਦਾ ਹੈ ਜੀ ਤੇ ਇਹ ਜਿਹੜਾ ਖਤਰੇ ਦੀ ਘੰਟੀ ਅਸੀਂ ਇਹਨੂੰ ਕਹਿ ਸਕਦੇ ਹਾਂ ਤੇ ਬੋਲੋਨੀਆ ਦੇ ਵਿੱਚ ਜਿਹੜੇ ਅਡਮਿਟ ਕੀਤੇ ਬੰਦੇ ਹਜ਼ਾਰ ਤੋਂ ਵੱਧ ਹੋ ਗਏ ਉੱਥੇ ਦਾ ਜਿਹੜਾ ਸਰਪੰਚ ਬਲੋਨੀਆ ਦਾ ਉਹ ਕਹਿ ਰਿਹਾ ਕਿ ਇਹ ਵੀ ਇੱਕ ਖਤਰੇ ਦੀ ਘੰਟੀ ਆ ਪਰ 10 ਮਾਰਚ ਨੂੰ ਪਤਾ ਲੱਗਣਾ ਕਿ ਗਿਣਤੀ ਕਿੰਨੀ ਹੋਈ ਜਾਂ ਵੱਧ ਗਈ ਆ ਜਾਫਰ ਘਟਿਆ ਤੇ ਉੱਧਰ ਇਟਲੀ ਇਹ ਜਿਹੜੀ ਯੂਰਪ ਕਮਿਸ਼ਨ ਯੂਰਪ ਦੇ ਜਿਹੜੇ ਪ੍ਰਧਾਨ ਆ ਯੂਰਪ ਕਮਿਸ਼ਨ ਦੀ ਪ੍ਰਧਾਨ ਜਿਹਨਾਂ ਦਾ ਨਾਮ ਵੋਨ ਡਰ ਰਲਾਇਰ ਨਾ ਉਹ ਵੀ ਬਹੁਤ ਗੁੱਸੇ ਹੋਇਆ ਜੀ ਆਸਤਰਾ ਜ਼ਹਿਨ ਕਰਦੇ ਨਾਲ ਗੁੱਸਾ ਹੋਣਾ ਹੀ ਕਿਉਂ ਨਹੀਂ ਸੀ ਉਹ ਇਸ ਕਰਕੇ ਗੁੱਸੇ ਹੋਇਆ ਕਹਿੰਦੇ ਤੇ ਆਸਟਰਾ ਜ਼ੀਨ ਦਾ ਜੇ ਮੋਦੇਰ ਨਾ ਹੋ ਗਈ ਫਾਇਜ਼ ਹੋ ਗਈ ਇਹਨਾਂ ਦੇ ਵਾਂਗ ਇਹਨਾਂ ਨੂੰ ਕਿਹਾ ਸੀਗਾ ਅਪਰੂਵਲ ਮਿਲਣ ਤੋਂ ਪਹਿਲਾਂ ਹੀ ਆਪਣੀ ਇਹਨਾਂ ਨੂੰ ਵੈਕਸ ਨਾ ਤਿਆਰ ਕਰਨ ਦਾ ਮੌਕਾ ਦਿੱਤਾ ਗਿਆ ਹੈ ਵੀ ਤੁਸੀਂ ਤਿਆਰ ਕਰ ਲਓ ਪਰ ਆਸਟਰਾ ਜ਼ੀਨ ਦਾ ਜਿੰਨਾ ਇਹਨੇ ਵਾਦਾ ਕੀਤਾ ਸੀ ਉਹ ਤੋਂ ਸਿਰਫ 10% ਹੀ ਆਪਣਾ ਸਮਾਨ ਪਚਾਰੀ ਹੈ ਡੋਜ਼ ਪਚਾਰੀ ਹੈ ਬਾਕੀ ਨਹੀਂ ਪਚਾਰੀ ਇਹ ਬਹੁਤ ਹੀ ਗਲਤ ਗੱਲ ਹੈ ਜਿਹਦੇ ਨਾਲ ਇਹਨਾਂ ਦੇ ਖਿਲਾਫ ਹੁਣ ਜੁਰਮਾਨਾ ਵੀ ਹੋ ਸਕਦਾ ਜੀ ਅਤਵਾ ਦਾ ਅਗਲਾ ਅਪਡੇਟ ਆ ਰਿਹਾ ਜੀ ਵਿਨਿਤੋ ਦੇ ਵਿੱਚ ਸਕੂਲ ਬੰਦ ਹੋਣ ਜਾ ਰਹੇ ਆ ਜੀ ਵਿਨਿਤੋ ਦੇ ਵਿੱਚ ਤਿੰਨ ਸ਼ਹਿਰ ਆ ਜਿਨ੍ਹਾਂ ਦੇ ਵਿੱਚ ਸਕੂਲ ਬੰਦ ਰਹਿਣਗੇ ਸ਼ਹਿਰਾਂ ਦਾ ਨਾਮ ਆ ਜੀ ਆਲਤਾ ਪਾਦੋਵਾਨਾ 272 ਤੇ ਆਉਜਲੋ 268 ਤੇ ਉਸ ਤੋਂ ਬਾਅਦ ਆ ਵਿਨਿਤ ਹੋਰੀਐਂਟਲ ਇਹ ਜੋ 272 268 ਇਹ ਜੀ ਜਿਹੜੀ ਲਿਮਟ ਆ ਕਿ 250 ਟੱਪ ਗਈ ਆ 1 ਲੱਖ ਪਿੱਛੇ 250 ਹੋਣੀ ਚਾਹੀਦੀ ਸੀ ਆਲਤਾ ਪਾਦੋਵਾਨਾ ਦੇ ਵਿੱਚ 272 ਆਜ਼ਲੋ ਦੇ ਵਿੱਚ 268 ਤੇ ਵੀਨਤੋਰੀ 41 ਦੀ ਜੋ ਲਿਮਟ ਵਾ ਦੱਸੀ ਫਿਲਹਾਲ ਨਹੀਂ ਗਈ। ਅਰਪੀਓਮੋਂਤੇ ਦੇ ਵਿੱਚ ਵੀ ਕੇਸਾਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਵਾਧੀ ਨਜ਼ਰ ਆ ਰਹੀ ਹੈ ਤੇ ਪੀਓਮੋਂਤੇ ਵੀ ਆਉਣ ਵਾਲੇ ਸੋਮਵਾਰ ਤੋਂ ਰੈੱਡ ਜ਼ੋਨ ਦੇ ਵਿੱਚ ਦਾਖਲ ਹੋ ਸਕਦਾ ਜੀ। ਤੇ ਉਧਰ ਹੀ ਜੇਲ੍ਹਾਂ ਦੀ ਗੱਲ ਕੀਤੀ ਜਾਵੇ ਜੇਲ੍ਹਾਂ ਦੇ ਵਿੱਚ 22 ਕੈਦੀ ਪੋਜ਼ੀਟਿਵ ਆਇਆ ਜੀ ਬੁਲਤੈਰਰਾ ਦੇ ਵਿੱਚ 22 ਕੈਦੀ ਪੋਜ਼ੀਟਿਵ ਪਾਏ ਗਏ ਨੇ। ਤੇ ਜੇ ਪੋਜ਼ਿਟਿਵ ਦੀ ਅਸੀਂ ਗੱਲ ਕਰਦੇ ਆ ਤਾਂ 85 ਪੋਜ਼ਿਟਿਵ ਹੋਰ ਪਾਏ ਗਏ ਜੀ ਸੁੱਧ ਸਰਦੇਨੀਆ ਦੇ ਵਿੱਚ ਜਿਨ੍ਹਾਂ ਦੇ ਵਿੱਚ 56 ਕੇਸ ਜਿਹੜਾ ਵਰੀਅੰਟ ਇੰਗਲਿਸ਼ ਐ ਇਸ ਟਾਈਮ ਕੋਰੋਨਾ ਦਾ ਡੱਡ ਰਹੀ ਆ ਕੋਰੋਨਾ ਸੁਰ ਦਾ ਪਰ ਇਹ ਇੰਗਲੈਂਡੀਆ ਸੁਰ ਬਲੈਤੀ ਜਿਹੜਾ ਸੁਰ ਇਹ ਵੀ ਬਹੁਤ ਹੀ ਜ਼ਿਆਦਾ ਆ ਪਾਰੀਆ ਬਹੁਤ ਹੀ ਜ਼ਿਆਦਾ ਫੈਲ ਰਿਹਾ ਇਟਲੀ ਦੇ ਵਿੱਚ ਜਿਹੜਾ ਇੰਗਲੈਂਡ ਦੇ ਵਿੱਚ ਕੋਰੋਨਾ ਸੁਰ ਲੱਭਿਆ ਸੀ ਇਹੀ ਹੁਣ ਸਾਰੇ ਦੁਬਾਰੇ ਘੁੰਮ ਫਿਰ ਰਿਹਾ ਜੀ ਤੇ ਅੱਜ ਦੀ ਮੀਟਿੰਗ ਆ ਜੋ ਸ਼ਾਇਦ ਅੱਜ ਸ਼ਾਮ ਤੱਕ ਸਾਨੂੰ ਅਪਡੇਟ ਮਿਲ ਜਾਂਦਾ ਜੇ ਜਿਸ ਤਰ੍ਹਾਂ ਹੀ ਅਪਡੇਟ ਆਦਾ ਉਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਇਟਲੀ ਦੇ ਵਿੱਚ ਕੀ ਹੋਊਗਾ ਜੀ ਕਰਫਿਊ ਦਾ ਟਾਈਮ ਇੱਕ ਵਾਰ ਫੇਰ ਕਟੂਗਾ ਜਾਂ ਫਿਰ ਨਹੀਂ ਕਟੂਗਾ ਜੀ ਯੂਨੀਵਰਸਿਟੀਆਂ ਦੇ ਉੱਤੇ ਅਪਡੇਟ ਆ ਰਿਹਾ ਜੀ ਯੂਨੀਵਰਸਿਟੀਆਂ ਪਾਸਕੂਏ ਤੋਂ ਬਾਅਦ April ਦੇ ਪਹਿਲੇ ਹਫ਼ਤੇ ਤੋਂ ਬਾਅਦ ਫੇਰ ਇੱਕ ਵਾਰ ਯੂਨੀਵਰਸਿਟੀਆਂ ਜੋਇਨ ਕੀਤੀਆਂ ਜਾਣਗੀਆਂ ਜੀ ਕਿ ਸਕੂਲਾਂ ਦੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਜਿਹੜੇ ਸਟੂਡੈਂਟਾ ਹੁਣ ਪੜ ਸਕਣਗੇ ਹੰਗਰੀ ਤੋਂ ਇੱਕ ਅਪਡੇਟ ਆ ਰਿਹਾ ਜੀ ਹੰਗਰੀ ਦੇ ਵਿੱਚ ਲਾਸਟਲੇ 24 ਘੰਟਿਆਂ ਦੇ ਵਿੱਚ ਜਿਹੜੀ ਇਸ ਟਾਈਮ ਮੀਡੀਅਮ ਚੱਲ ਰਿਹਾ ਜੀ 5000 ਤੋਂ ਉੱਤੇ ਕੇਸ ਆ ਰਹੇ ਨੇ ਤੇ 133 ਦੀ ਮੌਤ ਹੋਈ ਆ ਜੀ ਤੇ ਜਿਸ ਕਾਰਨ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੇ ਪਾਬੰਦੀਆਂ ਲਾਤੀਆਂ ਸਕੂਲ ਬੰਦ ਕਰਤੇ ਅਰ ਜ਼ੀਲੋਨੀ ਦੇ ਜਿਹੜੇ ਛੋਟੇ ਬੱਚੇ ਆ ਉਹਨਾਂ ਦੇ ਬੰਦ ਕਰਤੇ ਜਿਹੜੀਆਂ ਦੁਕਾਨਾਂ ਲੋੜਵੰਦ ਨਹੀਂ ਸੀ ਸਾਰੀ ਨਹੀਂ ਸਾਰੀਆਂ ਜਿਹੜੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਨੇ ਤੇ ਉਧਰ ਹੀ ਆਸਤਰਾ ਜ਼ੈਨ ਕਾ ਨੂੰ ਆਪਣਾ ਇਟਲੀ ਦੇ ਜਿਹੜੀ ਸਿਹਤ ਵਿਭਾਗ ਆ ਉਹਨਾਂ ਨੇ 65 ਸਾਲ ਤੋਂ ਉੱਤੇ ਜਿਹੜੇ ਬੰਦੇ ਆ ਉਹਨਾਂ ਦੇ ਉਹਨਾਂ ਦੇ ਜਿਹੜਾ ਇਹ ਟੀਕਾ ਲਾਣ ਦੀ ਵੈਕਸੀਨ ਲਾਣ ਦੀ ਇਜਾਜ਼ਤ ਦੇ ਦਿੱਤੀ ਹੈ ਜੀ ਤੇ ਜੇ ਅਸੀਂ ਟੂਰਿਸਟ ਟੂਰਿਸਟ ਸਟੇਟਾਂ ਦੀ ਗੱਲ ਕਰੀਏ ਟੂਰਿਸਟ ਪਲੇਸ ਦੀ ਗੱਲ ਕਰੀਏ ਚਾਹੇ ਉਹ ਏਸ਼ੀਆ ਦੇ ਵਿੱਚ ਹੋਣ ਜਾਂ ਫਿਰ ਯੂਰਪ ਦੇ ਵਿੱਚ ਹੋਣ ਜਾਂ ਯੂਰਪ ਦਾ ਇੰਟਰਨੈਸ਼ਨਲ ਲੈਵਲ ਤੇ ਹੋਵੇ ਤਾਂ ਹਰ ਦਿਨ ਟੂਰਿਸਟ ਪਲੇਸਾਂ ਦੇ ਵਿੱਚੋਂ ਤਕਰੀਬਨ ਅੱਧੇ ਆ ਜਿਹੜੇ ਉਹ ਬੰਦ ਪਏ ਨੇ ਐਸ ਟਾਈਮ ਜੋ ਗੱਲਬਾਤ ਕੀਤੀ ਜਾ ਰਹੀ ਹੈ ਕਿ ਬਹੁਤ ਵਾਰ ਪੁੱਛਿਆ ਜਾਂਦਾ ਕਿ ਟੂਰਿਸਟ ਵੀਜ਼ੇ ਲੱਗ ਰਹੇ ਦੇਖੋ ਜੀ ਟੂਰਿਸਟ ਵੀਜ਼ੇ ਤਾਂ ਹੀ ਲੱਗੂਗਾ ਜੇਕਰ ਟੂਰਿਸਟ ਪਲੇਸ ਖੁੱਲੇ ਹੋਣਗੇ ਕਿ ਗਰੀਬਨ ਜਿਹੜੀਆਂ ਤਿੰਨਾਂ ਤੋਂ ਅਸੀਂ ਤਿੰਨਾਂ ਦੀ ਹੀ ਗੱਲ ਕਰਦੇ ਹਰ ਤਿੰਨ ਟੂਰਿਸਟ ਪਲੇਸਾਂ ਦੇ ਪਿੱਛੇ ਸੌਰੀ ਇੱਕ ਜਿਹੜਾ ਟੂਰਿਸਟ ਪਲੇਸ ਆ ਉਹਨੂੰ ਬੰਦ ਕੀਤਾ ਗਿਆ ਕਹਿਣ ਦਾ ਮਤਲਬ ਵੀ 30 33% ਜਿਹੜੇ ਟੂਰਿਸਟ ਪਲੇਸ ਆ ਉਹ ਬੰਦ ਕੀਤੇ ਗਏ ਤੇ ਟੂਰਿਸਟ ਵੀਜ਼ੇ ਲੱਗਣੇ ਤਾਂ ਐਸੇ ਕਰਕੇ ਥੋੜੇ ਜਿਹਾ ਪ੍ਰੋਬਲਮ ਵਿੱਚ ਚੱਲ ਰਹੇ ਆ ਜੀ ਤੇ ਅੰਦਰੀਆ ਕ੍ਰਿਜ਼ਾਂਤੀ ਜੀ ਜੋ ਇੱਕ ਸ਼ੂਦ ਦੇ ਬਿਮਾਰੀਆਂ ਦੇ ਐਕਸਪਰਟ ਨੇ ਉਹਨਾਂ ਦਾ ਇੱਕ ਹੋਰ ਬਿਆਨ ਆ ਜੀ ਉਹ ਕਹਿ ਰਹੇ ਨੇ ਕਿ ਗਿਟਲੀ ਨੂੰ ਜੇ ਤੁਸੀਂ ਦੁਬਾਰਾ ਫਿਰ ਕੈਮ ਕਰਨਾ ਚਾਹੁੰਦੇ ਆ ਤਾਂ ਇੱਕ ਇਹਨੂੰ ਥੋੜਾ ਜਿਹਾ ਝਟਕਾ ਦੇਣ ਦੀ ਲੋੜ ਆ ਤੇ ਉਹ ਜੋ ਝਟਕਾ ਆ ਇਹ ਕਿਸੇ ਹੋਰ ਦਾ ਨਹੀਂ ਇੱਕ ਲੌਕਡਾਊਨ ਦੇ ਝਟਕੇ ਦੀ ਲੋੜ ਆ ਇਹਦੇ ਨਾਲ ਸਭ ਇੱਕ ਜਿਹੜਾ ਕਹਿੰਦੇ ਵੀ ਜੋ ਬੈਲੈਂਸ ਆ ਨਾ ਇੱਕ ਇੱਕ ਕਿਸਮ ਦੇ ਨਾਲ ਇਹ ਸੈੱਟ ਹੋ ਜਾਣਾ ਤੇ ਮਿਲਾਨ ਦੇ ਵਿੱਚ ਇੱਕ ਫੈਸਤਾ ਕਲੰਦੇਸਟੀਨਾ ਕੀਤਾ ਗਿਆ ਫੈਸਤਾ ਕਲੰ ਅਸ਼ਕਲੰਦੇਸਟੀਨਾ ਹੁੰਦਾ ਦੋ ਨੰਬਰ 'ਤੇ ਜਿਹਦੇ ਬਾਰੇ ਕਿਸੇ ਨੂੰ ਵੀ ਪਤਾ ਨਾ ਹੋਵੇ ਜਿੱਦਾਂ ਜਿਹੜੇ 2 ਨੰਬਰੀ ਪੇਪਰ ਬੰਦੇ ਆਂਦੇ ਆ ਚਾਹੇ ਉਹ ਇਟਲੀ ਦੇ ਵਿੱਚ ਹੋਣ ਇੰਗਲੈਂਡ ਦੇ ਵਿੱਚ ਕਬੂਤਰ ਕਹਿੰਦੇ ਆ ਜਾਂ ਫੌਜੀ ਕਹਿੰਦੇ ਆ ਇਟਲੀ ਦੇ ਵਿੱਚ ਜਿਹੜੇ 2 ਨੰਬਰ ਚ ਬੰਦੇ ਆਂਦੇ ਆ ਉਹਨਾਂ ਨੂੰ ਇਟਾਲੀਅਨ ਦੇ ਵਿੱਚ ਅਸੀਂ ਕਲੰਦਸਤੀ ਨਹੀਂ ਕਹਿੰਦੇ ਆ ਤੇ ਜਿਹੜੇ ਫੈਸਲੇ ਕਲੰਦਸਤੀ ਨੇ ਕੀਤੇ ਗਏ ਮਿਲਾਨ ਦੇ ਵਿੱਚ 2 ਨੰਬਰ ਚ ਤੇ ਬਸ ਫੇਰ ਕੀ ਸੀ ਜੀ 10 ਜਾਣਿਆਂ ਨੂੰ ਜਿਨ੍ਹਾਂ ਦੀ ਉਮਰ 18 ਤੋਂ 19 ਸਾਲ ਸੀਗੀ ਤੇ ਜਿਹੜਾ ਜਿਸ ਜਗ੍ਹਾ ਤੇ ਫੈਸਲਾ ਕੀਤਾ ਗਿਆ ਉਹ ਤਕਰੀਬਨ 53 ਸਾਲ ਦਾ ਇਟਾਲੀਅਨ ਸੀ ਪ੍ਰਾਪਰਟੀ ਦਾ ਮਾਲਕ ਉਹਨੂੰ ਵੀ ਸਾਰਿਆਂ ਨੂੰ ਕਰ 44000 ਦਾ ਜੁਰਮਾਨਾ ਕੀਤਾ ਗਿਆ ਉਹਨਾਂ ਨੂੰ ਪਤਾ ਤਾਂ ਲੱਗੇ ਵੀ ਜਿਹੜੇ ਇਹ ਫੈਸਲੇ ਕਰਨ ਦਾ ਕਾਰਨ ਕੀ ਆ ਤੇ ਇਹ ਜੋ ਫੈਸਲੇ ਜਿਹੜਾ ਕੀਤੇ ਗਾਇਆ ਜੀ ਆ ਕੋਲੋਨੋ ਮੋਂਸੇਜੇ ਚ ਕੀਤੇ ਗਾਇਆ ਰੋਮਾ ਚ ਕੀਤੇ ਗਾਇਆ ਇਨ ਕੋਰਸੋ ਰੋਮਾ ਦੇ ਵਿੱਚ ਕੀਤੇ ਗਾਇਆ ਤੇ ਉਹਦੇ ਵਿੱਚ 8 ਬੰਦੇ ਸੀਗੇ ਕਿਸੇ ਪਾਸੇ 8 ਸੀ ਕਿਸੇ ਪਾਸੇ 10 ਸੀ ਸਾਰਿਆਂ ਨੂੰ ਘੇਰਿਆ ਗਿਆ ਜੁਰਮਾਨੇ ਕੀਤੇ ਗਏ ਲੋਮਬਰਦੀਆ ਦੇ ਵਿੱਚ ਜੇਕਰ ਤੁਸੀਂ ਹੁਣ ਤੁਹਾਨੂੰ ਸਾਰਾ ਨੂੰ ਪਤਾ ਹੀ ਹੋਣਾ ਚਾਹੀਦਾ ਕਿ ਲੋਮਬਰਦੀਆ ਦੇ ਵਿੱਚ ਪਰਿਵਾਰ ਦੇ ਵਿੱਚੋਂ ਸਿਰਫ ਇੱਕ ਬੰਦਾ ਹੀ ਮਾਰਕੀਟ ਦੇ ਵਿੱਚ ਐਂਟਰ ਹੋ ਸਕਦਾ ਚਾਹੇ ਮੋਂਡੀਅਲ ਕਾਜ਼ਾ ਹੋਵੇ ਚਾਹੇ ਕੋਈ ਵੀ ਮਾਰਕੀਟ ਹੋਵੇ ਅ ਜਿਆਦਾਤਰ ਜਿਹੜੀਆਂ ਜਿਆਦਾ ਆਵਾਜ਼ ਆਈ ਬਲੀਆਂ ਮਾਰਕੀਟਾਂ ਉਹਨਾਂ ਦੇ ਮੂਹਰੇ ਹੁਣ ਉਹਨਾਂ ਨੇ ਮਿਲਟਰੀ ਦੇ ਬੰਦੇ ਲਾਏ ਅਜੇ ਤੱਕ ਰਮੂਨੇ ਦੇ ਵਿੱਚ ਜੇ ਤੁਸੀਂ ਮੋਂਡੀਅਲ ਕਾਜ਼ਾ ਜਾਓਗੇ ਤਾਂ ਉੱਥੇ ਤੁਹਾਨੂੰ ਕੋਈ ਸੇਫਟੀ ਗਾਰਡ ਨਹੀਂ ਮਿਲਣਾ ਉਦਾਂ ਨਹੀਂ ਮਿਲਣਾ ਤੁਹਾਨੂੰ ਮਿਲਟਰੀ ਵਾਲਾ ਬੰਦਾ ਮਿਲਣਾ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਲੁੰਬਰਦੀਆ ਦੇ ਵਿੱਚ ਜਿ세 ਮਿਲਟਰੀ ਹੁਣ ਮੈਦਾਨੇ ਜੰਗ ਦੇ ਵਿੱਚ ਪਹੁੰਚ ਗਈ ਹੈ ਜੀ ਕਿ ਲੋਕਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾਵੇ ਪਰ ਜੇ ਦੋ ਮੈਂਬਰ ਫੈਮਲੀ ਨੇ ਜਾਣਾ ਤਾਂ ਫਿਰ ਇੱਕ ਮੈਂਬਰ ਦੂਸਰੇ ਮੈਂਬਰ ਤੋਂ 10 ਜਾਂ 15 ਮਿੰਟ ਦੀ ਦੂਰੀ ਤੇ ਜਾ ਸਕਦਾ ਇੱਕ ਵਾਰਚ ਹੀ ਦੋਵੇਂ ਮੈਂਬਰ ਇੱਕ ਪਰਿਵਾਰ ਦੇ ਨਹੀਂ ਜਾ ਸਕਦੇ ਤੇ ਮਿਲਦੇ ਹਾਂ ਜੀ ਆਪਾਂ ਗੱਲ ਦੇ ਅਪਡੇਟ ਦੇ ਵਿੱਚ ਤੇ ਇੱਕ ਵਾਰ ਫਿਰ ਕਹਿਣਾ ਚਾਹਾਂਗੇ ਸਾਡੀ ਵੈਬਸਾਈਟ ਹੈ www.itapunjabi.com ਹਰ ਰੋਜ਼ ਇਹਨੂੰ ਵਿਜ਼ਿਟ ਕਰਿਆ ਕਰੋ ਸਾਨੂੰ ਸਪੋਰਟ ਕਰਨ ਦੇ ਲਈ ਤੇ ਤੁਸੀਂ ਸੁਣ ਲਈ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਪੀਏ ਸੇ ਦਫਤਰ ਕਰਮੋਨੇ ਦੇ ਵਿੱਚ ਜਿਹੜਾ ਖੁੱਲੇ ਉਹਨਾਂ ਦੇ ਨਾਲ ਕੰਟੈਕਟ ਜਰੂਰ ਕਰੋ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਵਾਉਣ ਦੇ ਲਈ ਚਾਹੀ ਇਮੀਗ੍ਰੇਸ਼ਨ ਦਾ ਕੰਮ ਹੋਵੇ ਸਹਤ ਤੇ ਤਰੰਤ ਈਜ਼ੇ ਹੋਣ ਤਾਂ 393 280 28 80 ਦੇ ਉੱਤੇ ਕਾਲ ਕਰੋ ਤੇ ਜੇਕਰ ਤੁਸੀਂ ਫਲਾਈਟ ਬੁੱਕ ਕਰਵਾਣੀ ਹੈ ਕੋਈ ਵੀ ਟਿਕਟ ਲੈਣੀ ਹੈ ਤਾਂ ਸਰਦਾਰੀ ਟ੍ਰੈਵਲਸ ਉਹਨਾਂ ਦੇ ਨਾਲ ਕੰਟੈਕਟ ਕਰੋ ਜੀ 347 15 60 734 ਉਸ ਤੋਂ ਬਾਅਦ ਵਾਦਿਆਂ ਜੀ ਅਗਲੇ ਖਬਰ ਵੱਲ